ਬਾਰਿਸ਼ਾਂ ਤੇ ਹੜ੍ਹ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। सरकारी हस्पतालों में डेंगू ते मलेरिया ते मुफ्त टेस्ट अते मुफ्त इलाज की सहूलत दी गई है। लारवादी चेकिंग करने लई मुलाजमां दी तैनाती करन दे नाल नाल शहर अते पिंडां विच दवाई दे छिड़काव लई ढुकमे प्रबंधां नूं भी यकीनी बनाया गया है। हर शुक्रवार डेंगू ते वार। जी जिमें थोनों सारयां नूं पता ही है, कुछ दिन पहला मिति 23/9/2023 बरनाला दे गीता भवन दे नाल एक गली विच गोयल ब्रदर्स नाम दी एक जनरल स्टोर सी, उहदे विच एक लेडी नूं एक हथियारनुमा जिहड़ा पिस्टल टाइप जिहड़ा दिखा के एक अणपछाते बंदे ने उहनां नूं डरावा दे के उहनां तों कुछ कैश जिहड़ा उह स्नैच करके लै गया सी। उह जिहड़ा अननोन दे उत्ते जिहड़ा ਇਹ ਕੀਤਾ ਗਿਆ ਸੀ, ਅਨੋਨ ਵਿਅਕਤੀ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ। ਸੋ ਉਹਦੀ ਜਿਹੜੀ ਹੈ ਤਫਤੀਸ਼ ਜਾਰੀ ਹੋ ਰਹੀ ਸੀ, ਉਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 452 ਮਿਤੀ 24/9/2023 ਅਧੀਨ ਧਾਰਾ 379B IPC ਥਾਣਾ ਸਿਟੀ ਬਰਨਾਲਾ ਜਿਹੜਾ ਅਨੋਨ ਵਿਅਕਤੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ ਗਿਆ ਸੀਗਾ। ਸੋ ਦੌਰਾਨੇ ਤਫਤੀਸ਼ ਇਹਦੇ ਵਿੱਚ ਦੋਸ਼ੀ ਜਿਹੜਾ ਅੰਮ੍ਰਿਤਪਾਲ ਸਿੰਘ ਵਾਸੀ ਸੰਘੇੜਾ ਇਹਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਇਹ ਜਿਹੜਾ ਦੋਸ਼ੀ ਆ ਇਹ ਮਿਤੀ 24/9/2023 ਨੂੰ ਹੀ ਥਾਣਾ ਸਦਰ ਬਰਨਾਲਾ ਦੇ ਮੁਕੱਦਮਾ ਨੰਬਰ 156 ਅਧੀਨ ਧਾਰਾ 2285 NDPS ਐਕਟ ਦੇ ਤਹਿਤ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਿਆ, ਜਿਹਦੇ ਕੋਲੋਂ 300 ਗੋਲੀਆਂ ਜਿਹੜੀਆਂ ਨੇ ਅਲਪਰਾਜੋਲਮ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ। ਉਹਨੇ ਦੌਰਾਨੇ ਪੁੱਛਗਿੱਛ ਥਾਣਾ ਸਦਰ ਪੁਲਿਸ ਕੋਲ ਜਿਹੜਾ ਆਪਣਾ ਇੰਕਸ਼ਾਫ ਕੀਤਾ ਕਿ ਉਹ ਜਿਹੜੀ ਸੰਘੇੜਾ ਆਪਣੇ ਗੀਤਾ ਭਵਨ ਦੇ ਨਾਲ ਵਾਲੀ ਗਲੀ 'ਚ ਜਿਹੜੀ ਕੈਸ਼ ਦੀ ਸਨੈਚਿੰਗ ਹੋਈ ਸੀ ਉਹ ਵੀ ਇਹਨੇ ਖੁਦ ਹੀ ਕੀਤੀ ਸੀ। ਅਤੇ ਆਪਣੇ ਕੋਲ ਪਹਿਲਾਂ ਜਦੋਂ ਅਸੀਂ ਉਹਦੀ CCTV ਫੁਟੇਜ ਖੰਗਾਲ ਰਹੇ ਸੀ ਉਹਦੀ ਇੱਕ ਫੋਟੋ ਸਾਡੇ ਕੋਲ ਆਈ ਸੀ, ਉਹ ਅਸੀਂ ਫੋਟੋ ਸਾਰੇ ਪਾਸੇ ਜਿਹੜੀ ਹੈ ਵਾਇਰਲ ਕੀਤੀ ਸੀ, ਤੁਹਾਡੇ ਪ੍ਰੈਸ ਵਾਲੇ ਜਿਹੜੇ ਗਰੁੱਪ ਸੀਗੇ ਉਹਦੇ ਵਿੱਚ ਵੀ ਪਾਈ ਸੀ। ਸੋ ਉਹ ਜਿਹੜੀ ਫੋਟੋ ਵਾਇਰਲ ਹੋਣ ਦੇ ਨਾਲ ਵੀ ਸਾਡੇ ਜਿਹੜੇ ਸਾਡਾ ਨੈੱਟਵਰਕ ਹੈ ਸਾਡੇ ਮੁਖਬਰਾਂ ਨੇ ਸਾਨੂੰ ਜਿਹੜੀ ਇਹ ਸਲਾਹ ਦਿੱਤੀ ਸੀ ਕਿ ਇਹ ਬੰਦਾ ਅੰਮ੍ਰਿਤਪਾਲ ਸਿੰਘ ਵਾਸੀ ਸੰਘੇੜਾ, ਜਿਹਦੇ ਬੇਸਿਸ 'ਤੇ ਇਹਨੂੰ ਜਿਹੜਾ ਮੁਕੱਦਮਾ ਨੰਬਰ 452 ਥਾਣਾ ਸਿਟੀ ਦੇ ਵਿੱਚ ਵੀ ਜਿਹੜਾ ਨਾਮਜ਼ਦ ਕਰ ਲਿਆ ਗਿਆ ਸੀਗਾ। ਸੋ ਹੁਣ ਇਹਨੂੰ ਅਸੀਂ ਮੁਕੱਦਮਾ ਨੰਬਰ 452 ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਹਦੇ ਕੋਲੋਂ ਜਿਹੜਾ ਹਥਿਆਰ ਅਤੇ ਜਿਹੜਾ ਕੈਸ਼ ਉਹਨੇ ਸਨੈਚ ਕੀਤਾ ਸੀ ਉਹਦੀ ਵੀ ਜਿਹੜੀ ਬਰਾਮਦਗੀ ਆਪਾਂ ਕਰਾਂਗੇ। ਦੇਖੋ ਜਿਹੜਾ ਜਿਹੜੇ ਮਦਈ ਨੇ ਗੋਇਲ ਬ੍ਰਦਰਸ ਜਿਹਨਾਂ ਦੀ ਦੁਕਾਨ ਸੀ ਉਹਨਾਂ ਨੇ ਆਪਣੇ ਬਿਆਨ ਵਿੱਚ 8000 ਜਿਹੜਾ ਕੈਸ਼ ਸਨੈਚ ਹੋਣ ਦੀ ਗੱਲ ਲਿਖਾਈ ਸੀ, ਜਿਹੜਾ ਹੁਣ ਜਦੋਂ ਉਹਨੂੰ ਆਪਾਂ ਦੁਬਾਰਾ ਇਸ ਮੁਕੱਦਮੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਵਾਂਗੇ ਉਹਦੇ ਰਿਮਾਂਡ ਲਵਾਂਗੇ ਉਹਦੀ ਪੁੱਛਗਿੱਛ 'ਚ ਜਿਹੜਾ ਕਲੀਅਰ ਹੋਏਗਾ ਕਿ ਕਿੰਨਾ ਕੈਸ਼ ਸੀ, ਕਿੰਨਾ ਰਿਕਵਰ ਹੋਇਆ, ਕਿੰਨਾ ਉਹਨੇ ਵਰਤਿਆ, ਕਿੱਥੇ ਵਰਤਿਆ। ਇਹ ਜਿਹੜੀ ਸ਼ੁਰੂਆਤੀ ਦੌਰ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਨਸ਼ੇ ਦੀ ਕਾਫ਼ੀ ਜ਼ਿਆਦਾ ਉਹਨੂੰ ਤੋੜ ਲੱਗੀ ਹੋਈ ਸੀ, ਉਹ ਕਾਫ਼ੀ ਟਾਈਮ ਤੋਂ ਉੱਥੇ 2-3 ਘੰਟਿਆਂ ਤੋਂ ਬਾਜ਼ਾਰ ਵਿੱਚ ਫਿਰ ਰਿਹਾ ਸੀਗਾ। ਉਹ ਦੇਖ ਰਿਹਾ ਸੀ ਕਿ ਮੈਂ ਕੋਈ ਨਾ ਕੋਈ ਆਪਣਾ ਟਾਰਗੇਟ ਬਣਾਵਾਂ ਅਤੇ ਪੈਸੇ ਦਾ ਮੈਂ ਇੰਤਜ਼ਾਮ ਕਰਾਂ। ਸੋ ਇਸੇ ਤਰ੍ਹਾਂ ਜਦੋਂ ਬਾਜ਼ਾਰ ਦੇ ਵਿੱਚ ਵੀ ਲੰਘ ਰਿਹਾ ਸੀ ਉਹਨੇ ਦੇਖਿਆ ਕਿ ਜਿਹੜੀ ਉਹ ਦੁਕਾਨ ਸੀ ਜਿਹਨਾਂ ਦੇ ਉੱਤੇ ਇਵੈਂਚੁਅਲੀ ਉਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ, ਉਹਦੇ ਵਿੱਚ ਕਾਊਂਟਰ ਦੇ ਉੱਤੇ ਇੱਕ ਔਰਤ ਬੈਠੀ ਸੀ। ਸੋ ਉਹਨੇ ਇਸ ਗੱਲ ਦੇ ਉਹਨੂੰ ਦੇਖਦੇ ਹੋਏ ਕਿ ਇੱਕ ਈਜ਼ੀ ਟਾਰਗੇਟ ਹੈ, ਇਸ ਕਰਕੇ ਉਹਨੇ ਉੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਿਉਂਕਿ ਉਹਦੀ ਜਿਹੜੇ ਰਿਮਾਂਡ ਚੱਲ ਰਹੇ ਸੀ ਉਹਨੇ ਦੱਸਿਆ ਸੀ ਕਿ ਖਿਡੌਣਾ ਨਵਾਂ ਹਥਿਆਰ ਸੀਗਾ, ਪਿਸਟਲ ਅਸਲੀ ਨਹੀਂ ਸੀਗਾ, ਖਿਡੌਣਾ ਨਵਾਂ ਰਿਵਾਲਵਰ ਸੀ ਉਹਦੇ ਕੋਲ ਸੀ। ਬਾਕੀ ਜਦੋਂ ਆਪਾਂ ਇਹਨੂੰ ਹੁਣ ਦੁਬਾਰਾ ਰਿਮਾਂਡ 'ਤੇ ਲਵਾਂਗੇ ਇਸ ਮੁਕੱਦਮੇ ਵਿੱਚ ਫਿਰ ਉਹਦੀ ਬਰਾਮਦਗੀ ਕੀਤੀ ਜਾਵੇਗੀ, ਸਾਰੀ ਜਿਹੜੀ ਹੈ ਤਫਤੀਸ਼ ਕੀਤੀ ਜਾਵੇਗੀ। ਪੰਜਾਬ ਵਿੱਚ ਇੱਕ ਹੋਰ ਝਪਟਮਾਰ ਗਰੋਹ ਦੇ 3 ਮੈਂਬਰ ਜਿਹੜੇ ਕਾਬੂ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੁਕੱਦਮਾ ਨੰਬਰ 453 ਮਿਤੀ 25/9/2023 ਅਧੀਨ ਧਾਰਾ 379B ਅਤੇ 34 IPC ਜਿਹੜਾ ਇਹ ਦਰਜ ਕੀਤਾ ਗਿਆ। ਇਹਦੇ ਵਿੱਚ 3 ਦੋਸ਼ੀ ਸਾਹਿਲ ਵਾਸੀ ਜਿਹੜਾ ਸੇਖਾ ਰੋਡ ਬਰਨਾਲਾ, ਵਿੱਕੀ ਚੌਧਰੀ ਅਤੇ ਹਰਸ਼ਦੀਪ ਸਿੰਘ, ਇਹ ਦੋਨੇ ਟਰਾਈਡੈਂਟ ਫੈਕਟਰੀ ਬਰਨਾਲਾ ਦੇ ਜਿਹੜੇ ਰਹਿਣ ਵਾਲੇ ਨੇ। ਇਹਨਾਂ ਦੇ ਕੋਲੋਂ ਇੱਕ ਸਨੈਚ ਕੀਤਾ ਗਿਆ ਜਿਹੜਾ ਮੋਬਾਈਲ ਫੋਨ ਹੈ, ਜਿਹੜਾ ਕਿ ਇਹਨਾਂ ਨੇ
ਬੱਸ ਸਟੈਂਡ ਬਰਨਾਲਾ ਦੇ ਕੋਲ ਇੱਕ ਵਿਅਕਤੀ ਕੋਲੋਂ ਸਨੈਚ ਕੀਤਾ ਸੀ, ਉਹ ਬਰਾਮਦ ਕੀਤਾ ਗਿਆ। ਇਹ ਜਿਹੜੇ ਦੋ ਦੋਸ਼ੀ ਨੇ ਜੀ, ਇਹਨਾਂ ਚੋਂ ਇੱਕ ਤਾਂ ਨਾਬਾਲਿਗ ਹੈ ਤੇ ਇੱਕ ਦੋਸ਼ੀ ਜਿਹੜਾ ਉਹ ਇੱਥੇ ਆਪਣੇ ਪੰਜਾਬ ਦਾ ਹੀ ਹੈਗਾ। ਇੱਕ ਦੋਸ਼ੀ ਹੈ ਉਹ ਆਪ ਛੋਟੇ ਹੁੰਦੇ ਪੰਜਾਬ ਤੋਂ, ਬਟ ਜਿਹੜੇ ਉਹਦੇ ਫੈਮਿਲੀ ਹੈ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨਾਲ ਸੰਬੰਧਿਤ ਰੱਖਦੇ ਨੇ। ਇਹ ਸਾਰੇ 18-19 ਸਾਲ ਦੇ, ਇੱਕ ਤਾਂ ਨਾਬਾਲਿਗ ਹੈ, ਜਿਹੜੇ ਬਾਕੀ ਦੋ ਨੇ ਉਹ ਵੀ 18-19 ਸਾਲ ਦੇ ਨੇ, ਸਕੂਲ ਗੋਇੰਗ ਜਿਹੜੇ ਹੈਗੇ ਨੇ, ਬਸ ਮਤਲਬ ਕਿ ਕੋਈ ਨਾ ਕੋਈ ਛੋਟਾ ਨਸ਼ਾ ਜਾਂ ਸ਼ਰਾਬ ਪੀਣ ਦਾ ਜਿਹੜਾ ਆਪਣਾ ਖਰਚਾ ਪੂਰਾ ਕਰਨ ਵਾਸਤੇ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਿਹੜੀ ਹੁਣ ਤੱਕ ਸਾਡੇ ਕੋਲ ਸਮਝ ਆਈ, ਇਹਨਾਂ ਕੋਲ ਦੋ ਤਾਂ ਜਿਹੜੇ ਵਿਦਿਆਰਥੀ ਨੇ, ਇੱਕ ਜਿਹੜਾ ਉਹ ਪੜ੍ਹ ਕੇ ਹਟ ਚੁੱਕਿਆ, ਉਹਨੇ ਪੜ੍ਹਾਈ ਆਪਣੀ ਵਿਚਾਲੇ ਛੱਡ ਦਿੱਤੀ।